2 ਵਜੇ ਦੇ ਆਸ ਪਾਸ ਸੀਸੀਟੀਵੀ ਕੈਮਰੇ ਬੰਦ ਹੁੰਦੇ ਆ, ਕੋਈ ਉੱਪਰ ਚੜ੍ਹਦਾ, ਚਾਬੀਆਂ ਉਹਦੇ ਕੋਲ ਸਨ। ਹੁਣ ਚਾਬੀਆਂ ਉਹਨੇ ਕਿਵੇਂ ਬਣਾਈਆਂ, ਇਹ ਮਨਪ੍ਰੀਤ ਚੇੜਾ ਹੁਣ ਤਾਂ ਪੁੱਛਾਂਗੇ, ਲੇਕਿਨ ਤੁਸੀਂ ਆਹ ਦੇਖ ਲਓ, ਹਾਰਮੋਨੀਅਮ ਜਿਹੜਾ ਉਹਦਾ ਪਰਦੇ ਪਾੜ ਦਿੱਤੇ ਆ, ਤਬਲਾ ਤੁਸੀਂ ਦੇਖੋ ਕਿ ਉਹਨੂੰ ਪਾੜ ਦਿੱਤਾ ਗਿਆ, ਗਿਟਾਰ ਦੀਆਂ ਤਾਰਾਂ ਸਟ੍ਰਿੰਗਸ ਜਿਹੜੀਆਂ ਉਹ ਤੋੜ ਦਿੱਤੀਆਂ ਗਈਆਂ। ਇੱਧਰ ਸਟੂਡੀਓ 'ਚ ਆ ਜਾਓ, ਆ ਜਿਹੜਾ ਇਹਨਾਂ ਦਾ ਮੋਨੀਟਰ ਹੈ ਉਹਨੂੰ ਨੁਕਸਾਨ ਪਹੁੰਚਾਇਆ। ਪਤਾ ਨਹੀਂ 8 ਸਾਲਾਂ ਤੋਂ ਕੁਛ ਨਹੀਂ ਹੋਇਆ, ਆਹ 2 ਮਹੀਨੇ ਤੋਂ ਪਤਾ ਨਹੀਂ ਕੀ ਚੇਂਜ ਹੋ ਗਿਆ, ਕੀ ਨਹੀਂ ਚੇਂਜ ਹੋਇਆ, ਵੀ ਸਾਰਾ ਕੁਛ ਉਲਟ ਪੁਲਟ ਹੋ ਗਿਆ। 1 ਹਫ਼ਤਾ ਹੁਣ ਜਿਹੜਾ ਆਇਆ ਆ, ਕੋਈ ਸ਼ਾਗਿਰਦ ਤਾਂ ਨਹੀਂ ਗੁੱਸੇ ਹੋ ਗਿਆ, ਗੁਰੂ ਜੀ ਨੇ ਸਿਖਾਇਆ, ਸਾਰੇ ਖੁਸ਼ ਹੋ ਕੇ ਜਾਂਦੇ ਆ। ਕੋਈ ਫਿਰ ਕੋਈ ਗਾਣਾ ਰਿਕਾਰਡ ਕਰਾਉਣਾ ਗੁੱਸੇ ਤਾਂ ਨਹੀਂ ਹੋ ਗਏ, ਮੇਰੇ ਗਾਣੇ 'ਚ ਬੀਟਾਂ ਘੱਟ ਪਾਤੀਆਂ? ਨਹੀਂ ਨਹੀਂ ਇੱਦਾਂ ਕੁਛ ਨਹੀਂ, ਕਿਉਂਕਿ ਜਿਹਨੂੰ ਅਸੀਂ ਰਹਿ ਕੇ ਆਏ ਨਾ, ਉਹ ਐਸੇ ਬੰਦੇ ਸੀ, ਕਹਿੰਦੇ ਪਹਿਲਾਂ ਬਹਿਣਾ ਉੱਠਣਾ ਆਉਣਾ ਚਾਹੀਦਾ, ਗਾਣਾ ਵਜਾਉਣਾ ਬਹੁਤ ਦੂਰ ਦੀ ਗੱਲ। ਇੱਕ ਤਾਂ ਚੋਰੀ ਹੁੰਦੀ ਦੇਖ ਰਹੇ ਹਾਂ ਆਪਾਂ, ਸਮਾਨ ਚੋਰੀ ਕਰਕੇ ਲੈ ਗਿਆ, ਪਰ ਇਹ ਐਸਾ ਬੰਦਾ ਕਿਹੜਾ ਵੀ ਜਿਹੜਾ ਹਾਰਮੋਨੀਅਮ ਨੂੰ ਪਾੜ ਗਿਆ, ਪਿੱਛੇ ਕੀਬੋਰਡ ਕਿਆ, ਮੋਨੀਟਰ ਕਿਆ, ਮਿਡੀ ਕਿਆ, ਏਸੀ ਕਿਆ, ਸਾਰਾ ਕੁਛ ਹੀ ਖਤਮ ਕਰ ਗਿਆ। ਵੀ ਵੈਸੇ ਬਹਿ ਕੇ ਗੱਲ ਕਰ ਲਓ ਵੀ ਤੁਹਾਨੂੰ ਪ੍ਰੋਬਲਮ ਆ, ਹਾਂ ਕੁਛ ਤਾਂ ਹੈਗਾ। ਹਾਂ ਦੇਖੋ, ਚੋਰੀ ਦਾ ਮਾਮਲਾ ਵੀ ਨਹੀਂ ਬੰਦਾ ਕਹਿੰਦਾ, ਇਹ ਤਾਂ ਲੈ ਕੇ ਚਲੇ ਜਾਈਏ, ਇਹ ਈਰਖਾ ਦਾ ਮਾਮਲਾ, ਜੈਲਸੀ ਦਾ ਮਾਮਲਾ, ਨਫ਼ਰਤ ਦਾ ਮਾਮਲਾ। ਉਹਨਾਂ ਨੂੰ ਨੁਕਸਾਨ ਹੋਏ ਤਾਂ ਅਲੱਗ ਹੈ, ਪਰ ਆਪਾਂ ਕਮਰਸ਼ਲੀ ਦੇਖੀਏ, ਫਾਈਨੈਂਸ਼ਲੀ ਦੇਖੀਏ ਕਿੰਨਾ ਕੁ ਨੁਕਸਾਨ ਹੋ ਗਿਆ। ਮੰਨ ਕੇ ਚਲੋ 2.5-3 ਲੱਖ ਦਾ ਨੁਕਸਾਨ ਹੈਗਾ। ਅੱਖਾਂ 'ਚ ਵੀਰ ਦੇ ਮੋਇਸਚਰ ਵੀ ਆ ਗਿਆ, ਹੰਝੂ ਵੀ ਆ ਗਏ। ਤੁਸੀਂ ਇੱਕ ਹੋਰ ਗੱਲ ਦੱਸਦੇ ਸੀ ਕਿ ਆ ਮਾਈਕ ਨੂੰ ਵੀ ਡੈਮੇਜ ਕਰ ਦਿੱਤਾ ਗਿਆ, ਇਹਦੇ ਵਿੱਚ ਵੀ ਕੋਈ ਇੱਦਾਂ ਦੀ ਚੀਜ਼ ਪਾਈ ਆ? ਇਹ ਰੋਡ ਦਾ ਮਾਈਕ ਆ, ਠੀਕ ਆ ਜੀ, ਮਹਿੰਗਾ ਮਾਈਕ ਆ, ਐਕਸਪੈਂਸਿਵ ਹੈ। ਅਤੇ ਮੈਂ ਉਹਦਾ ਨਾ ਕਿਹਾ, ਜਦੋਂ ਆ ਕੇ ਨਾ ਉੱਥੇ ਮਾਈਕ ਪਿਆ ਸੀਗਾ, ਮੈਂ ਕਿਹਾ ਵੀ ਅੰਦਰ ਤਾਂ ਨੁਕਸਾਨ ਪਹਿਲਾਂ ਹੀ ਹੋਇਆ ਆ, ਵੀ ਇਹ ਬੰਦਾ ਕਿਹੜਾ ਮਤਲਬ ਕਿ ਵੜ ਗਿਆ, ਵੀ ਜਿਹੜਾ ਮਤਲਬ ਕਿ ਮਾਈਕ ਤੱਕ ਵੀ ਉਹਨੂੰ ਪਤਾ ਆ। ਜਦੋਂ ਅਸੀਂ ਉਹਨਾਂ ਦਾ ਮਾਈਕ ਚੱਕਿਆ, ਅਸੀਂ ਇੱਦਾਂ ਖੜ੍ਹ ਗਏ ਲੈ ਕੇ, ਜਦੋਂ ਥੋੜ੍ਹਾ ਇੱਦਾਂ ਉਹਦੇ ਵਿੱਚੋਂ ਚੀਜ਼ ਐਸੀ ਨਿਕਲੀ ਨਾ, ਤੁਸੀਂ ਰੱਬ ਜਾਣੇ, ਸਾਡੀਆਂ ਅੱਖਾਂ ਹੀ ਨਹੀਂ ਖੁੱਲੀਆਂ। ਮੰਨ ਲਓ ਕੋਈ ਹੋਰ ਹੁੰਦਾ ਤਬਲੇ ਨੂੰ ਚੱਕ ਕੇ ਸਿੱਟ ਦਿੰਦਾ, ਚੱਕ ਕੇ ਸਿੱਟਿਆ ਨਹੀਂ ਹੈ, ਚਾਕੂ ਨਾਲ ਚੀਰਿਆ ਗਿਆ। ਆਹ ਕੋਈ ਹੋਰ ਹੁੰਦਾ, ਚਲੋ ਆ ਇਹਨਾਂ ਦੇ ਕੀਸ ਪੱਟ ਦਿੰਦਾ, ਪਰ ਕੀਸ ਨਹੀਂ ਪੱਟੀਆਂ, ਪਰਦੇ ਪੱਟੇ ਆ, ਪਰਦਿਆਂ ਨੂੰ ਮਤਲਬ ਚਾਕੂ ਮਾਰਿਆ ਲੱਗਦਾ। ਤਾਂ ਬੰਦਾ ਭੇਤੀ ਵੀ ਹੈ, ਛਾਤਰ ਵੀ ਹੈ, ਸ਼ੈਤਾਨ ਵੀ ਹੈ, ਔਰ ਉਹਦੇ ਅੰਦਰ ਖੂਨ ਨਾਲੋਂ ਜ਼ਿਆਦਾ ਈਰਖਾ ਦੌੜਦੀ ਹੈ। ਸਤਿ ਸ਼੍ਰੀ ਅਕਾਲ, PP32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ। ਦੁਨੀਆ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਹਨ, ਪਰ ਇੱਕ ਬਿਮਾਰੀ ਈਰਖਾ ਦੀ ਵੀ ਹੈ, ਜਿਹੜੀ ਕਿਸੇ ਨੂੰ ਹੋ ਜਾਂਦੀ ਹੈ ਤਾਂ ਉਹਨੂੰ ਦੂਜੇ ਬੰਦੇ ਨੂੰ ਸੁਖੀ ਦੇਖ ਕੇ ਚੈਨ ਨਹੀਂ ਮਿਲਦਾ। ਅਸੀਂ ਪਹੁੰਚੇ ਹਾਂ ਰਾਹੋਂ ਵਿਖੇ, ਜਿੱਥੇ ਈਰਖਾ ਦੇ ਚੱਲਦੇ ਕਿਸੇ ਨੇ ਅਜਿਹੀ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਿ ਤੁਸੀਂ ਵੀ ਜਦੋਂ ਇਸ ਪੂਰੀਆਂ ਤਸਵੀਰਾਂ ਨੂੰ ਦੇਖੋਗੇ ਤੁਹਾਡੇ ਮਨ ਵਿੱਚ ਵੀ ਆਵੇਗਾ ਕਿ ਇੰਨੀ ਜੈਲਸੀ ਵੀ ਕੀ ਕੋਈ ਕਿਸੇ ਨਾਲ ਕਰ ਸਕਦਾ, ਕਿ ਕੋਈ ਰੋਟੀ ਖਾਂਦੇ ਨੂੰ ਦੇਖ ਕੇ ਇਸ ਤਰੀਕੇ ਵੀ ਤੜਪ ਜਾਂਦਾ ਕਿ ਯਾਰ ਦੂਜਾ ਬੰਦਾ ਤਰੱਕੀ ਕਿਉਂ ਕਰ ਰਿਹਾ। ਅਸੀਂ ਰਾਹੋਂ ਵਿਖੇ ਪਹੁੰਚੇ ਹਾਂ, ਬਾਜ਼ਾਰ ਸੰਘਣਾ ਬਾਜ਼ਾਰ ਹੈ ਬੱਸ ਅੱਡੇ ਦੇ ਨਾਲ, ਜਿਹੜੀ ਮੇਨ ਰੋਡ ਜਾਂਦੀ ਹੈ ਉੱਥੇ ਬਾਹਰ ਆ ਲੋਹੇ ਦੀ ਪੌੜੀ ਲੱਗੀ ਹੈ, ਅਤੇ ਫਸਟ ਫਲੋਰ ਦੇ ਉੱਤੇ ਆਹ ਸਟੂਡੀਓ ਬਣਿਆ ਹੋਇਆ, ਮਿਊਜ਼ਿਕ ਐਂਡ ਅਕੈਡਮੀ ਹੈ, ਤਰਜਾਪ ਮਿਊਜ਼ਿਕ ਅਕੈਡਮੀ ਹੈ, ਜਿੱਥੇ ਮਨਪ੍ਰੀਤ ਚੇੜਾ ਬੱਚਿਆਂ ਨੂੰ ਕਲਾਸਿਸ ਵੀ ਦਿੰਦੇ ਆ ਔਰ ਨਾਲ ਦੀ ਨਾਲ ਸਟੂਡੀਓ ਵੀ ਹੈ। ਪਰ ਕਿਸੇ ਨੇ ਸ਼ਾਇਦ ਇਹਨਾਂ ਦਾ ਮੁਕਾਬਲਾ ਰੱਖਿਆ ਹੋਵੇ, ਗੀਤ ਸੰਗੀਤ ਵਿੱਚ ਮੁਕਾਬਲਾ ਨਹੀਂ ਕਰ ਸਕਿਆ, ਲੇਕਿਨ ਆਪਣੀ ਘਿਨੌਣੀ ਹਰਕਤ ਦੇ ਨਾਲ ਇਹਨਾਂ ਦਾ ਬਹੁਤ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਆ। ਸਥਿਤੀ ਨੂੰ ਜਿੰਨਾ ਕੁ ਅਸੀਂ ਸਮਝ ਪਾਏ ਹਾਂ ਕਿ 2 ਵਜੇ ਦੇ ਆਸ ਪਾਸ CCTV ਕੈਮਰੇ ਬੰਦ ਹੁੰਦੇ ਆ, ਕੋਈ ਉੱਪਰ ਚੜ੍ਹਦਾ, ਚਾਬੀਆਂ ਉਹਦੇ ਕੋਲ ਸਨ। ਹੁਣ ਚਾਬੀਆਂ ਉਹਨੇ ਕਿਵੇਂ ਬਣਾਈਆਂ, ਇਹ ਮਨਪ੍ਰੀਤ ਚੇੜਾ ਹੁਣ ਤਾਂ ਪੁੱਛਾਂਗੇ, ਲੇਕਿਨ ਤੁਸੀਂ ਆਹ ਦੇਖ ਲਓ, ਹਾਰਮੋਨੀਅਮ ਜਿਹੜਾ ਉਹਦਾ ਪਰਦੇ ਪਾੜ ਦਿੱਤੇ ਆ, ਤਬਲਾ ਤੁਸੀਂ ਦੇਖੋ ਕਿ ਉਹਨੂੰ ਪਾੜ ਦਿੱਤਾ ਗਿਆ, ਗਿਟਾਰ ਦੀਆਂ ਤਾਰਾਂ ਸਟ੍ਰਿੰਗਸ ਜਿਹੜੀਆਂ ਉਹ ਤੋੜ ਦਿੱਤੀਆਂ ਗਈਆਂ। ਇੱਧਰ ਸਟੂਡੀਓ 'ਚ ਆ ਜਾਓ,
ਆ ਜਿਹੜਾ ਇਹਨਾਂ ਦਾ ਮੋਨੀਟਰ ਹੈ ਉਹਨੂੰ ਨੁਕਸਾਨ ਪਹੁੰਚਾਇਆ, ਫੋਨ ਨੂੰ ਨੁਕਸਾਨ ਪਹੁੰਚਾਇਆ। ਮਨਪ੍ਰੀਤ ਜਿਹੜਾ ਨਾਲ ਨੇ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਲੈਂਦੇ। ਜੀ ਮਨਪ੍ਰੀਤ, ਤੁਸੀਂ ਸਥਿਤੀ ਤੋਂ ਕਦ ਵਾਕਫ ਹੁੰਦੇ ਹੋ? ਸੋ ਮੈਂ ਜੀ ਬਹੁਤ ਜ਼ਿਆਦਾ ਪਰੇਸ਼ਾਨ ਹਾਂ, ਮੇਰੇ ਤੋਂ ਗੱਲ ਤਾਂ ਨਹੀਂ ਹੁੰਦੀ, ਕਿਉਂਕਿ ਜਿਹੜਾ ਇੱਕ ਮਿਊਜ਼ਿਕ ਆ ਉਹ ਇੱਕ ਰੱਬ ਨੂੰ ਮਿਲਣ ਦਾ ਬਹੁਤ ਹੀ ਇੱਕ ਸੌਖਾ ਜ਼ਰੀਆ ਆ, ਜਿਹਦੇ ਨਾਲ ਆਪਾਂ ਇੱਕ ਰੱਬ ਨੂੰ ਮਿਲਦੇ ਹਾਂ। ਸਭ ਤੋਂ ਸਿਆਣਿਆਂ ਨੇ ਕਿਹਾ ਆ, ਮਤਲਬ ਇਹ ਗੱਲ ਵੀ ਆਪਾਂ ਸੰਗੀਤ ਦੇ ਨਾਲ ਰੱਬ ਨੂੰ ਈਜ਼ੀ ਮਿਲ ਲੈਂਦੇ ਹਾਂ, ਪਾ ਸਕਦੇ ਹਾਂ। ਹਾਂਜੀ, ਪਾ ਸਕਦੇ ਹਾਂ। ਮਤਲਬ ਕਿ ਹੁਣ ਮੇਰੀ ਸਭ ਤੋਂ ਬਾਹਰ ਆ ਜੀ, ਥੋੜ੍ਹਾ ਬਾਹਰ ਨੂੰ ਆ ਜਾਈਏ ਤਾਂ ਇੱਥੇ ਮਨਪ੍ਰੀਤ ਜਿਹੜਾ ਬੱਚਿਆਂ ਨੂੰ ਸ਼ਾਮ ਨੂੰ ਟ੍ਰੇਨਿੰਗ ਕਰਦੇ, ਬੰਦ ਕਰ ਦਿਓ ਮਨਪ੍ਰੀਤ ਜੀ। ਔਰ ਦੇਖੋ ਸਰਸਵਤੀ ਮਾਂ ਦੀ ਤਸਵੀਰ ਹੈ, ਸਾਬਰਕੋਟੀ ਸਾਹਿਬ ਇਹਨਾਂ ਦੇ ਗੁਰੂ ਜੀ ਉਹਨਾਂ ਦੀ ਤਸਵੀਰ ਹੈ, ਤਾਂ ਘਨੌਣੀ ਘਟਨਾ ਨੂੰ ਅੰਜਾਮ ਦਿੰਦੇ, ਹਰਕਤ ਕਰਦੇ ਮਾੜੇ ਅੰਸਰਾਂ ਨੂੰ ਦੇਖੋ, ਰੱਬ ਦਾ ਡਰ ਵੀ ਨਹੀਂ ਹੈ ਜੀ। ਅਤੇ ਜੀ ਮਤਲਬ ਕਿ ਜਦੋਂ ਮੈਂ ਸਕੂਲ ਤੋਂ ਆਇਆ ਅਤੇ 2:30 ਵਜੇ ਮੈਨੂੰ ਛੁੱਟੀ ਹੁੰਦੀ ਆ, 3 ਦੇ ਵਿਚਕਾਰ ਮੈਂ ਇੱਥੇ ਆਉਂਦਾ ਹੁੰਦਾ ਹਾਂ, ਸ਼ਾਮ ਨੂੰ ਕਲਾਸਾਂ ਲੱਗਦੀਆਂ ਨਾਲ। ਅਤੇ ਮੈਂ ਵੈਸੇ 8 ਤੋਂ ਇੱਥੇ ਅਕੈਡਮੀ ਕਰਦਾ, ਮੈਂ ਖੁਦ ਹੀ ਇਹਦਾ ਓਨਰ ਮਤਲਬ ਕਿ ਮਾਲਕ ਹਾਂ। ਮਤਲਬ ਕਿ ਪਹਿਲਾਂ ਇਹ ਅਕੈਡਮੀ ਹੁੰਦੀ ਸੀ, ਫਿਰ ਮੈਂ ਪਿੱਛੇ ਹੋਰ ਸਟੂਡੀਓ ਬਣਾ ਲਿਆ, ਸਟੂਡੀਓ ਬਣ ਗਿਆ ਅਤੇ ਪਤਾ ਨਹੀਂ 8 ਤੋਂ ਕੁਛ ਨਹੀਂ ਹੋਇਆ, ਆਹ 2 ਤੋਂ ਪਤਾ ਨਹੀਂ ਕੀ ਚੇਂਜ ਹੋ ਗਿਆ ਕੀ ਨਹੀਂ ਚੇਂਜ ਹੋਇਆ, ਵੀ ਸਾਰਾ ਕੁਛ ਉਲਟ ਪੁਲਟ ਹੋ ਗਿਆ। 1 ਹੁਣ ਜਿਹੜਾ ਆਇਆ ਆ, ਕੋਈ ਸ਼ਾਗਿਰਦ ਤਾਂ ਨਹੀਂ ਗੁੱਸੇ ਹੋ ਗਿਆ ਕਿ ਗੁਰੂ ਜੀ ਨੇ ਸਿਖਾਇਆ? ਸਾਰੇ ਖੁਸ਼ ਹੋ ਕੇ ਜਾਂਦੇ ਆ। ਕੋਈ ਫਿਰ ਕੋਈ ਗਾਣਾ ਰਿਕਾਰਡ ਕਰਾਉਣ ਵਾਲੇ ਗੁੱਸੇ ਤਾਂ ਨਹੀਂ ਹੋ ਕਿ ਮੇਰੇ ਗਾਣੇ 'ਚ ਬੀਟਾਂ ਘੱਟ ਪਾਤੀਆਂ? ਨਹੀਂ ਨਹੀਂ, ਇੱਦਾਂ ਕੁਛ ਨਹੀਂ, ਕਿਉਂਕਿ ਜਿੰਨਾਂ ਕੁ ਅਸੀਂ ਰਹਿ ਕੇ ਆਏ ਨਾ, ਉਹ ਐਸੇ ਬੰਦੇ ਸੀ, ਕਹਿੰਦੇ ਪਹਿਲਾਂ ਬਹਿਣਾ ਉੱਠਣਾ ਆਉਣਾ ਚਾਹੀਦਾ, ਗਾਣਾ ਵਜਾਉਣਾ ਬਹੁਤ ਦੂਰ ਦੀ ਗੱਲ ਆ। ਤੁਸੀਂ ਸਾਰਿਆਂ ਨੂੰ ਆਪਣੇ ਵੱਲੋਂ ਸੈਟੀਸਫਾਈ ਕਰਕੇ ਭੇਜ? ਬਿਲਕੁਲ ਜੀ ਬਿਲਕੁਲ, ਇਹ ਅਸੀਂ ਇੱਕ ਪੈਸੇ ਵਾਸਤੇ ਨਹੀਂ ਬਣਾਇਆ ਸੀ, ਮਨ ਦੀ ਸੰਤੁਸ਼ਟੀ। ਮਤਲਬ ਕਿ ਕੋਈ ਬੱਚਾ ਸਿੱਖਣ ਆਉਂਦਾ, ਚਾਹੇ 1000 ਦਿੰਦਾ 500 ਦਿੰਦਾ, ਉਹਦਾ ਗਾਣਾ ਕਿਤੇ ਦੂਜੇ ਪਾਸੇ ਨਾ ਧੱਕੇ ਖਾਵੇ ਜਿੱਦਾਂ ਅਸੀਂ ਖਾਧੇ ਆ। ਚਲੋ ਗੁਣ ਦੇਣਾ ਤਾਂ ਕਿਸੇ ਨੂੰ ਕਰਕੇ ਤਾਂ ਨਾਲ ਭੇਜੀਏ, ਗੁਣ ਕਿਸੇ ਨੂੰ ਅੱਗੇ ਦੇਣਾ ਤਾਂ ਪ੍ਰਦਾਨ ਕਰਨਾ ਤਾਂ ਉਹਦੇ ਨਾਲ ਹੀ ਸ੍ਰਿਸ਼ਟੀ ਚੱਲਦੀ ਆ। ਤਾਂ ਆਪਾਂ ਸਿਚੁਏਸ਼ਨ ਨੂੰ ਸਮਝ ਗਏ ਜੀ, ਆ ਹਾਰਮੋਨੀਅਮ ਪਾੜੇ ਗਏ, ਮਤਲਬ ਇਹਨਾਂ ਦੇ ਇਹ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਹੈ ਸਾਰਾ ਕੁਛ, ਹਾਰਮੋਨੀਅਮ ਪਾੜੇ, ਮੇਰੀ ਸਮਝ ਤੋਂ ਬਾਹਰ ਵਾ ਵੀ ਇੰਨਾ ਵੀ ਕਿਹੜਾ ਫੈਨ ਜਾਂ ਜੈਲ ਸੀ ਬੰਦਾ। ਇੱਕ ਤਾਂ ਚੋਰੀ ਹੁੰਦੀ ਦੇਖਦੇ ਹਾਂ ਆਪਾਂ, ਸਮਾਨ ਚੋਰੀ ਕਰਕੇ ਲੈ ਗਿਆ, ਪਰ ਇਹ ਐਸਾ ਬੰਦਾ ਕਿਹੜਾ ਵੀ ਜਿਹੜਾ ਹਾਰਮੋਨੀਅਮ ਨੂੰ ਪਾੜ ਗਿਆ, ਪਿੱਛੇ ਕੀਬੋਰਡ ਕਿਆ, ਮਨੀਟਰ ਕਿਆ, ਮਿਡੀ ਕਿਆ, ਏਸੀ ਕਿਆ, ਸਾਰਾ ਕੁਛ ਹੀ ਖਤਮ ਕਰ ਗਿਆ। ਵੀ ਵੈਸੇ ਬਹਿ ਕੇ ਗੱਲ ਕਰ ਲਓ ਵੀ ਤੁਹਾਨੂੰ ਪ੍ਰੋਬਲਮ ਆ, ਹਾਂ ਕੁਛ ਤਾਂ ਹੈਗਾ। ਹਾਂ ਦੇਖੋ ਚੋਰੀ ਦਾ ਮਾਮਲਾ ਵੀ ਨਹੀਂ ਬੰਦਾ ਕਹਿੰਦਾ, ਇਹ ਤਾਂ ਲੈ ਕੇ ਚਲੇ ਜਾਈਏ, ਇਹ ਈਰਖਾ ਦਾ ਮਾਮਲਾ, ਜੈਲਸੀ ਦਾ ਮਾਮਲਾ, ਨਫ਼ਰਤ ਦਾ ਮਾਮਲਾ। ਬਿਲਕੁਲ ਜੀ ਬਿਲਕੁਲ। ਅੱਛਾ ਮੇਰੇ ਮਨ 'ਚ ਇੱਕ ਹੋਰ ਡਰ ਹੈ, ਜਿਹਨੇ ਅੱਜ ਤੁਹਾਡੇ ਇੰਸਟਰੂਮੈਂਟਸ ਨੂੰ ਨੁਕਸਾਨ ਪਹੁੰਚਾਇਆ। ਦੇਖੋ ਜਿਹੜਾ ਬੰਦਾ ਸੰਗੀਤ ਨੂੰ ਪਸੰਦ ਕਰਦਾ ਉਹਦੇ ਲਈ ਤਾਂ ਰੱਬ ਹੈ, ਪੂਜਦਾ ਮੱਥਾ ਟੇਕਦਾ ਫਿਰ ਬੈਠਦਾ, ਇਹਨਾਂ ਦੇ ਰੱਬ ਨੂੰ ਨੁਕਸਾਨ ਪਹੁੰਚਾਇਆ ਗਿਆ, ਤਾਂ ਕੱਲ੍ਹ ਨੂੰ ਕੋਈ ਤੁਹਾਨੂੰ ਨੁਕਸਾਨ ਨਾ ਪੰਜਾਬ, ਇਹਦੇ ਲਈ ਪੁਲਿਸ ਨੂੰ ਇਤਲਾਹ ਕਰ ਦਿੱਤੀ ਆ? ਦੇਖੋ ਜੀ ਮੈਂ ਕੱਲ੍ਹ ਰਿਪੋਰਟ ਦੇ ਕੇ ਆਇਆ ਸੀਗਾ ਸ਼ਾਮੀ, ਅਤੇ ਉੱਥੇ ਕੋਈ ਜਿੰਨੇ ਵੀ ਸੀ ਕੋਈ ਮੈਂ ਰਿਪੋਰਟ ਲਿਖ ਕੇ ਦਿਆ ਆ, ਅਤੇ ਕੱਲ੍ਹ ਨਹੀਂ ਕੋਈ ਆਇਆ, ਅੱਜ ਆਏ ਸੀਗੇ, ਅਤੇ ਮੈਂ ਕੱਲ੍ਹ ਵਿਹਾਰ ਕੇ ਵੀਡੀਓ ਵੀ ਪਾਈ ਸੀ ਲਾਈਵ ਹੋ ਕੇ। ਮੈਂ ਕਿਹਾ ਕੱਲ੍ਹ ਨੂੰ ਮਤਲਬ ਕਿਵੇਂ ਰਿਹਾ ਹੋਇਆ, ਕੱਲ੍ਹ ਨੂੰ ਮੈਨੂੰ ਕੁਛ ਹੋ ਗਿਆ ਅਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ, ਕਿਉਂਕਿ ਜਿਹੜਾ ਇਹ ਇੰਨਾ ਕੁਛ ਕਰ ਸਕਦਾ ਆ, ਅਤੇ ਜਾਣ ਵਾਸਤੇ ਤਾਂ ਈਜ਼ੀ ਆ। ਹਾਂ ਦੇਖੋ ਰਾਤ ਨੂੰ ਆਉਣਾ ਇੱਥੇ ਤਾਂ ਵੀ ਤੁਸੀਂ ਮੰਨ ਲਓ ਪ੍ਰੈਕਟਿਸ ਕਰ ਰਹੇ, ਦਰਵਾਜ਼ਾ ਖੁੱਲ੍ਹਾ ਹੀ, ਕੋਈ ਆ ਕੇ ਹਥਿਆਰ ਲਿਆ ਕੇ ਕੋਈ ਤਾਂ ਲੁਕੋ ਕੇ ਵੀ ਕੋਈ ਤੁਹਾਡਾ ਨੁਕਸਾਨ ਕਰ ਸਕਦਾ? ਕੁਛ ਵੀ ਆ ਜੀ, ਕਿਉਂਕਿ ਮੈਨੂੰ ਕਿਹੜਾ ਹੁਣ ਦਾ, ਮੈਂ 8 ਦਾ ਇੱਥੇ ਬੈਠਾ ਹਾਂ, ਕਦੇ ਅੱਜ ਤੱਕ ਪਹਿਨ ਨਹੀਂ ਕੁਛ ਤੇ ਗਿਆ ਬਾਹਰ। ਜੀ ਜੀ, ਡਰ ਤਾਂ ਬਣਦਾ, ਪਰਿਵਾਰ ਦੇ ਮਨ 'ਚ ਵੀ ਡਰ ਬਣਦਾ। ਤੁਸੀਂ ਆ ਦੇਖੋ ਲਾਈਟਾਂ ਲੂਟਾਂ ਸਾਰਾ ਕੁਝ ਤੋੜਿਆ ਗਿਆ, ਔਰ
ਜਿਹੜਾ ਬੰਦਾ ਸੰਗੀਤਕਾਰ ਹੁੰਦਾ ਉਹਦੇ ਲਈ ਤਾਂ ਇਹ ਚੀਜ਼ਾਂ ਬਹੁਤ ਕੀਮਤੀ ਨੇ ਜੀ। ਆ ਵੀ ਤੁਹਾਡਾ ਸਕਰੀਨ ਵੀ ਤੋੜੀ ਗਈ ਹੈ। ਮੈਂ ਕਿਹਾ ਜੀ ਸਕਰੀਨ, ਮੋਨੀਟਰ, ਉਸ ਤੋਂ ਬਾਅਦ ਉਹ ਜਿਹੜਾ ਪੀ ਸੀ ਆ ਉਹਦੇ ਐੱਸ ਐੱਸ ਡੀਆਂ ਵਿੱਚ ਲੱਗੀਆਂ ਹੁੰਦੀਆਂ ਜੀ, ਉਹ ਵੀ ਖਰਾਬ ਕਰਤੀਆਂ। ਸਾਊਂਡ ਕਾਰਡ ਉਹਦੀਆਂ ਤਾਰਾਂ ਖਿੱਚਦੀਆਂ, ਮਿੱਡੀ ਕੀਬੋਰਡ ਉਹ ਵੀ ਡੈਮੇਜ ਕਰਤਾ ਆ। ਅਤੇ ਏਸੀ, ਏਸੀ ਦੀ ਸਭ ਤੋਂ ਪਹਿਲਾਂ ਸ਼ੁਰੂ ਕਿੱਥੋਂ ਹੋਇਆ? ਮੋਟਰ ਤੋਂ। ਸਭ ਤੋਂ ਪਹਿਲਾਂ ਮੋਟਰ ਸੜੀ, ਅਸੀਂ ਸਰਵਿਸ ਵਾਲਾ ਸੱਦਿਆ, ਅਸੀਂ ਉਹਨੂੰ ਕਿਹਾ ਵੀ ਉਹਦਾ ਨਾਂ ਕਿਹਾ ਵੀ ਸਾਡਾ ਸਰਵਿਸ ਕਰ ਜਾ, ਵੀ ਸਾਡਾ ਪੀ ਸੀ ਵੀ ਹਵਾ ਗਰਮ ਦਿੰਦਾ ਆ। ਜਦੋਂ ਸਰਵਿਸ ਕਰਨਾ, ਕਹਿੰਦਾ ਭਾਅ ਜੀ ਸਰਵਿਸ ਕਰਤੀ, ਕਹਿੰਦਾ ਭਾਅ ਜੀ 'ਚ ਕੁਛ ਨਹੀਂ ਨਿਕਲਿਆ, ਸਾਹ ਪਿਆ। ਜਦੋਂ ਚਲਾਇਆ ਫਿਰ ਨਹੀਂ ਚੱਲਿਆ, ਫਿਰ ਉਹਨੇ ਚੈੱਕ ਕਰਿਆ, ਕਹਿੰਦਾ ਭਾਅ ਜੀ ਮੋਟਰ ਸੜੀ ਆ। ਅਸੀਂ ਮੋਟਰ ਪਵਾਈ ਅਤੇ ਏ ਸੀ 'ਤੇ ਚੱਲ ਪਿਆ। ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਭੇਜਿਆ, ਮੇਰਾ ਹੈੱਡਫੋਨ ਟੁੱਟੇ ਪਏ ਸੀ, ਮੈਂ ਧਿਆਨ ਨਹੀਂ ਦਿੱਤਾ। ਮੈਂ ਕਿਹਾ ਮਤਲਬ ਕਿ ਖਰੇ ਉਹਨਾਂ ਕੋਲ ਟੁੱਟ ਗਏ, ਏ ਸੀ ਵਾਲੇ ਟੁੱਟੇ। ਮੈਂ ਉਹਨਾਂ ਨਾਲ ਬੋਲਣ ਲੱਗ ਪਿਆ, ਮੈਂ ਕਿਹਾ ਤੁਸੀਂ ਮੇਰਾ ਨੁਕਸਾਨ ਕਰਕੇ ਗਏ ਆ। ਤੁਸੀਂ ਦੇਖੇ ਨਹੀਂ ਹਾਰਮੋਨੀਅਮ ਦੇ ਪਰਦੇ ਪੱਟੇ? ਨਹੀਂ ਨਹੀਂ, ਇਹਨਾਂ ਦੇ ਸਭ ਤੋਂ ਪਹਿਲਾਂ ਅਤੇ ਮੈਂ ਪਹਿਲਾਂ ਜਦੋਂ ਏ ਸੀ ਸਰ, ਮੈਂ ਉਹਨਾਂ ਨੂੰ ਬੋਲਣ ਲੱਗ ਪਿਆ। ਮੈਂ ਕਿਹਾ ਵੀ ਮੇਰਾ ਤੁਸੀਂ ਨੁਕਸਾਨ, ਕਹਿੰਦੇ ਬਾਈ ਅਸੀਂ ਰੋਜ਼ ਆਈ ਦਾ ਆ, ਤੁਹਾਡੇ ਨਵੇਂ ਨਹੀਂ ਆਏ ਹੈਗੇ। ਚਲੋ ਮੈਂ ਲੋਕ ਚੇਂਜ ਕਰ, ਮੈਨੂੰ ਥੋੜ੍ਹੀ ਥੋੜ੍ਹੀ ਸ਼ੱਕ ਹੋ ਗਈ ਸੀ ਜਦੋਂ ਉਹ ਨਹੀਂ, ਮਿੱਡੀ ਟੁੱਟੀ ਉਹ ਬਾਅਦ 'ਚ ਦੇਖੀ। ਮੈਂ ਕਿਹਾ ਇੰਨਾ ਨਹੀਂ ਨੁਕਸਾਨ ਕਰਕੇ, ਫਿਰ ਮੈਂ ਲੋਕ ਚੇਂਜ ਕਰਿਆ ਬਾਹਲਾ, ਮੇਨ ਲੋਕ ਚੇਂਜ ਕਰਿਆ। ਅਤੇ ਉਸ ਤੋਂ ਬਾਅਦ ਜਦੋਂ ਹੁਣ ਪਰਸੋਂ ਦੀ ਗੱਲ ਵਾ, ਪਰਸੋਂ ਸ਼ਾਮ ਨੂੰ 3:30 ਦੇ ਵਿਚਕਾਰ ਜਦੋਂ ਮੈਂ ਆਇਆ, ਆ ਕੇ ਉਹਦਾ ਨਾ ਕਿਹਾ ਦੇਖਿਆ ਲੋਕ ਖੋਲ੍ਹ ਕੇ, ਅਤੇ ਅੰਦਰ ਸਾਰਾ ਕੁਛ ਡੈਮੇਜ, ਮਤਲਬ ਪਹਿਲਾਂ ਵੀ ਹੋਈ ਆ, ਹੁਣ ਦੂਜੀ ਵਾਰ ਹੋਈ, ਦੂਜੀ ਵਾਰ ਹੋਈ, ਤੀਜੀ ਵਾਰ ਨਾ ਹੋਵੇ ਉਹਦੇ ਲਈ ਸੁਚੇਤ ਰਹਿਣਾ ਪੈਣਾ। ਬਿਲਕੁਲ, ਆਪਾਂ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਦੇਖ ਲਓ ਜੀ ਹਰੇਕ ਚੀਜ਼, ਕਿਉਂਕਿ ਮੈਂ ਤਾਂ ਅਕੈਡਮੀ ਤੋਂ ਸ਼ੁਰੂ ਕੀਤਾ ਸੀਗਾ, ਤੁਸੀਂ ਇਹ ਨਾ ਪੁੱਛੋ ਮੈਂ ਕਿੱਦਾਂ। ਜਿਹੜਾ ਮਨ ਨੂੰ ਨੁਕਸਾਨ ਹੋਇਆ ਤਾਂ ਅਲੱਗ ਹੈ, ਪਰ ਆਪਾਂ ਕਮਰਸ਼ਲੀ ਦੇਖੀਏ, ਫਾਈਨੈਂਸ਼ਲੀ ਦੇਖੀਏ, ਕਿੰਨਾ ਕੁ ਨੁਕਸਾਨ ਹੋ ਗਿਆ? ਮੰਨ ਕੇ ਚਲੋ 2.5-3 ਲੱਖ ਦਾ ਨੁਕਸਾਨ ਹੈਗਾ। ਦੇਖੋ ਅੱਖਾਂ 'ਚ ਵੀਰ ਦੇ ਮੋਇਸਚਰ ਵੀ ਆ ਗਿਆ, ਹੰਝੂ ਵੀ ਆ ਗਏ। ਤੁਸੀਂ ਇੱਕ ਹੋਰ ਗੱਲ ਦੱਸ ਸੀ ਕਿ ਆ ਮਾਈਕ ਨੂੰ ਵੀ ਡੈਮੇਜ ਕਰ ਦਿੱਤਾ ਗਿਆ, ਇਹਦੇ ਵਿੱਚ ਵੀ ਕੋਈ ਇੱਦਾਂ ਦੀ ਚੀਜ਼ ਪਾਈ ਆ? ਇਹ ਰੋਡ ਦਾ ਮਾਈਕ ਆ, ਠੀਕ ਆ ਜੀ, ਮਹਿੰਗਾ ਮਾਈਕ ਆ, ਐਕਸਪੈਂਸਿਵ ਹੈ। ਅਤੇ ਮੈਂ ਉਹਦਾ ਨਾ ਕਿਹਾ ਜਦੋਂ ਆ ਕੇ ਨਾ ਉੱਥੇ ਮਾਈਕ ਪਿਆ ਸੀਗਾ, ਮੈਂ ਕਿਹਾ ਵੀ ਅੰਦਰ ਤਾਂ ਨੁਕਸਾਨ ਪਹਿਲਾਂ ਹੀ ਹੋਇਆ ਆ, ਵੀ ਇਹ ਬੰਦਾ ਕਿਹੜਾ ਮਤਲਬ ਕਿ ਵੜ ਗਿਆ ਵੀ ਜਿਹੜਾ ਮਤਲਬ ਕਿ ਮਾਈਕ ਤੱਕ ਵੀ ਉਹਨੂੰ ਪਤਾ ਆ। ਜਦੋਂ ਅਸੀਂ ਉਹਨਾਂ ਕਿਹਾ ਮਾਈਕ ਚੱਕਿਆ, ਅਸੀਂ ਇੱਦਾਂ ਖੜ੍ਹ ਗਏ ਲੈ ਕੇ, ਜਦੋਂ ਥੋੜ੍ਹਾ ਇੱਦਾਂ ਉਹਦੇ ਵਿੱਚੋਂ ਚੀਜ਼ ਐਸੀ ਨਿਕਲੀ ਨਾ, ਤੁਸੀਂ ਰੱਬ ਜਾਣੇ, ਸਾਡੀਆਂ ਅੱਖਾਂ ਹੀ ਨਹੀਂ ਖੁੱਲੀਆਂ, ਸਾਡੀਆਂ ਅੱਖਾਂ 'ਚੋਂ ਹੰਝੂ, ਪਤਾ ਨਹੀਂ ਕੀ ਵਿੱਚੋਂ ਨਿਕਲਿਆ। ਸਾਡੇ ਕੋਲ ਖੜ੍ਹਨਾ ਸੀ, ਏਸੀ ਨੂੰ ਦੇਖਿਆ ਸੀ ਉੱਪਰ ਕੁਛ ਆ ਗਿਆ, ਸਾਡੇ ਕੋਲ ਰੋਣਾ, ਅੱਖਾਂ 'ਚੋਂ ਹੰਝੂ ਨਾ ਬੰਦ ਹੋਏ। ਕੋਈ ਜ਼ਿਆਦਾ ਹੀ ਰੰਜਿਸ਼ ਕੱਢ ਕੇ ਗਿਆ, ਤੁਸੀਂ ਸੁਚੇਤ ਰਹੋ, ਤੁਸੀਂ ਸਤਰਕ ਰਹੋ, ਮੁਸਤੈਦ ਰਹੋ, ਕੋਈ ਤੁਹਾਡਾ ਨੁਕਸਾਨ ਨਾ ਕਰ ਜਾਵੇ। ਮਤਲਬ ਪੁਲਿਸ ਨੂੰ ਇਤਲਾਹ ਕਰਦੇ ਚੰਗੀ ਗੱਲ ਹੈ, ਲੇਕਿਨ ਕੈਮਰਿਆਂ ਨੂੰ ਫਿਰ ਤੋਂ ਦੁਰਸਤ ਕਰਾ ਲਓ ਜਿਹਨਾਂ ਨੂੰ ਖਰਾਬ ਵੀ ਕਰਕੇ ਗਏ ਆ। ਤਾਂ ਵੀਰ ਦਾ ਬਹੁਤ ਨੁਕਸਾਨ ਹੋਇਆ, ਔਰ ਤੁਹਾਡੇ ਪਰਿਵਾਰ ਨੂੰ ਪਤਾ ਹੋਣਾ? ਹਾਂਜੀ, ਸਾਰਿਆਂ ਨੂੰ ਪਤਾ ਜੀ, ਜੀ ਜਿੰਨੇ ਵੀ ਮੇਰੇ ਘਰ ਦੇ ਮੈਂਬਰ ਸਾਰੇ। ਸੰਗੀਤ ਮਿਊਜ਼ਿਕ ਦੀ ਜਿਹੜੀ ਫੈਮਿਲੀ ਆ ਇੱਥੋਂ ਦਰਾਹੋਂ ਤੋਂ ਉਹਨਾਂ ਨੂੰ ਦੱਸ ਦਿੱਤਾ ਸਾਰਿਆਂ ਨੂੰ? ਮੈਂ ਕਿਹਾ ਜੀ ਸਾਰਿਆਂ ਨੂੰ ਤਕਰੀਬਨ, ਹੁਣ ਕੱਲ੍ਹ ਦਾ ਪਤਾ ਲੱਗੇ ਗਿਆ ਜਦੋਂ ਮੇਰੀ ਕਿਸੇ ਨੇ ਨਹੀਂ ਸੁਣੀ ਨਾ, ਮੈਂ ਲਾਈਵ ਹੋ ਗਿਆ ਸੀਗਾ, ਅਤੇ ਤਕਰੀਬਨ ਸਾਰਿਆਂ ਨੂੰ ਪਤਾ ਲੱਗੇ ਗਿਆ। ਮੈਨੂੰ ਫੋਨ ਵੀ ਬਹੁਤ ਆਇਆ, ਉਹ ਕਹਿੰਦੇ ਸੀ ਤੇਰੇ ਨਾਲ ਆ, ਜਿੱਦਾਂ ਵੀ ਬਾਕੀ ਦੇਖੋ ਜਿਹੜਾ ਜਿਹੜਾ ਵੀ ਹੁਣ ਨਾਲ ਆਊਗਾ ਤਾਂ ਹੀ ਪਤਾ ਲੱਗਣਾ ਵੀ ਕਿਹੜਾ ਕਿਹੜਾ ਨਾਲ ਆ। ਸਲਾਹ ਦੇਣੀ ਸੌਖੀ ਹੈ, ਸਾਥ ਦੇਣਾ ਬਹੁਤ ਬਹੁਤ ਔਖਾ ਆ। ਔਰ ਬਾਹਰ ਤੁਸੀਂ ਹੋਰ ਬਾਕੀ ਦੁਕਾਨਦਾਰਾਂ ਦੇ ਵੀ ਕੈਮਰੇ ਖੰਘਾਲੋ, ਕੁਛ ਕੋਕ ਰੱਖੋ। ਹੁਣ ਮੈਂ ਇਹੀ ਕਹਿ ਕੇ ਆਇਆ, ਮੈਨੂੰ ਸੱਦਿਆ ਸੀ SHO ਸਾਹਿਬ ਨੇ ਕਿ ਦੱਸ ਮੈਨੂੰ ਆਪਣੀ ਬਾਇਓਡਾਟਾ ਡਿਟੇਲ ਦੇ ਵੀ ਤੇਰੇ ਮਨ 'ਚ ਕੁਛ। ਮੈਂ ਕਿਹਾ ਜੀ ਦੇਖੋ ਅਸੀਂ ਕੈਮਰੇ ਤਾਂ ਹਰੇਕ ਦੇ ਨਹੀਂ ਖਿਲਾ ਸਕਦੇ, ਤੁਸੀਂ ਕਾਨੂੰਨ ਵਿੱਚ ਰਹਿੰਦੇ ਆ, ਤੁਸੀਂ ਈਜ਼ੀ ਕਰਕੇ ਡਾਟਾ ਲੈ ਸਕਦੇ ਆ, ਕਿਉਂਕਿ ਮੇਰੀ ਰਿਕੁਐਸਟ ਇਹੀ ਹੈ ਮੈਨੂੰ ਨਿਆਂ ਮਿਲਣਾ ਚਾਹੀਦਾ, ਜਿੱਦਾਂ ਮਰਜ਼ੀ ਕੌਣ ਵਾ, ਕਿਉਂਕਿ ਚੋਰੀ ਹੁੰਦੀ ਅਲੱਗ ਗੱਲ ਵਾ, ਪਰ ਆਹ ਜਿਹੜੀ ਜੈ ਸੀ ਇਹ ਤਾਂ ਬਹੁਤ ਘਟੀਆ ਆ, ਬਹੁਤ ਜ਼ਿਆਦਾ ਹੀ ਘਟੀਆ ਆ। ਕੱਲ੍ਹ ਨੂੰ ਮੇਰੀ ਜਾਨ ਤਾਂ ਬਹੁਤ ਈਜ਼ੀ ਆ, ਖਤਮ ਕਰਨਾ ਤਾਂ ਬਹੁਤ ਈਜ਼ੀ ਆ, ਜਿਹੜਾ ਜਿਹਨੂੰ ਡਰੀ ਹੈ ਨਹੀਂ ਇੰਨਾ ਸਮਾਨ ਖਤਮ ਕਰ ਗਿਆ ਜੀ। ਚਲੋ ਮਨਪ੍ਰੀਤ ਜੀ, ਹਮਦਰਦੀ ਹੈ ਤੁਹਾਡੇ ਨਾਲ,
ਔਰ ਮਨਪ੍ਰੀਤ ਉਹਨਾਂ ਦੇ ਜਿਹੜੇ ਮਨ ਦੇ ਗਿਲੇ ਆ ਬਲਬਲੇ ਆਪਾਂ ਸਮਝੀਏ ਕਿ ਜਿਹੜਾ ਸਮਾਨ ਨੂੰ ਨੁਕਸਾਨ ਪਹੁੰਚਾਉਣ ਲੱਗੇ ਜਿਹਨੂੰ ਡਰ ਨਹੀਂ ਆਇਆ, ਔਰ ਵੱਡੀ ਗੱਲ ਹੈ ਕਿ ਜਿੰਦਰੇ ਨਹੀਂ ਟੁੱਟੇ ਹੋਏ, ਦਰਵਾਜ਼ੇ ਨਹੀਂ ਤੋੜ ਕੇ ਅੰਦਰ ਦਾਖਲ ਹੋਇਆ ਬੰਦਾ, ਦਰਵਾਜ਼ਿਆਂ ਦੀ ਉਹਨਾਂ ਕੋਲ ਮਾਸਟਰ ਕੀ ਹੈ ਜਾਂ ਕੋਈ ਡੁਪਲੀਕੇਟ ਕੀ ਉਹਨਾਂ ਨੇ ਬਣਾ ਲਈ, ਤਾਂ ਮਤਲਬ ਬੰਦਾ ਭੇਤੀ ਹੈ ਜਿਹਨੂੰ ਇਹ ਵੀ ਪਤਾ ਮਾਈਕ ਅੰਦਰ ਕਿੱਥੇ ਪਿਆ, ਉਹਨੂੰ ਇਕੱਲੀ ਇਕੱਲੀ ਚੀਜ਼ ਦਾ ਪਤਾ ਕਿਵੇਂ ਕੰਮ ਆਉਣੀ ਆ, ਔਰ ਚੀਜ਼ ਨੂੰ ਉਸੇ ਤਰੀਕੇ ਨੁਕਸਾਨ ਪਹੁੰਚਾਇਆ। ਮੰਨ ਲਓ ਕੋਈ ਹੋਰ ਹੁੰਦਾ ਤਬਲੇ ਨੂੰ ਚੱਕ ਕੇ ਸਿੱਟ ਦਿੰਦਾ, ਚੱਕ ਕੇ ਸਿੱਟਿਆ ਨਹੀਂ ਹੈ, ਚਾਕੂ ਨਾਲ ਚੀਰਿਆ ਗਿਆ। ਆਹ ਕੋਈ ਹੋਰ ਹੁੰਦਾ ਚਲੋ ਆਹ ਇਹਨਾਂ ਦੇ ਕੀਸ ਪੱਟ ਦਿੰਦਾ, ਪਰ ਕੀਸ ਨਹੀਂ ਪੱਟੀਆਂ, ਪਰਦੇ ਪੱਟੇ ਆ, ਪਰਦਿਆਂ ਨੂੰ ਮਤਲਬ ਚਾਕੂ ਮਾਰਿਆ ਲੱਗਦਾ। ਤਾਂ ਬੰਦਾ ਭੇਤੀ ਵੀ ਹੈ, ਛਾਤਰ ਵੀ ਹੈ, ਸ਼ੈਤਾਨ ਵੀ ਹੈ, ਔਰ ਉਹਦੇ ਅੰਦਰ ਖੂਨ ਨਾਲੋਂ ਜ਼ਿਆਦਾ ਈਰਖਾ ਦੌੜਦੀ ਆ। ਇਸ ਕਰਕੇ ਉਹ ਤੋਂ ਮਨਪ੍ਰੀਤ ਜਿਹੜਾ ਉਹਨਾਂ ਦਾ ਬਚਾਅ ਬਹੁਤ ਜ਼ਰੂਰੀ ਹੈ। ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਕਿ ਉਹ ਬੰਦੇ ਦਾ ਫੜ ਹੋਣਾ ਬਹੁਤ ਲਾਜ਼ਮੀ ਹੈ। ਔਰ ਇੱਕ ਬੰਦਾ ਜਿਹਨੇ ਪਹਿਲਾਂ ਸਕੂਲ 'ਤੇ ਡਿਊਟੀ 'ਤੇ ਜਾਣਾ, ਫਿਰ ਇੱਥੇ ਬੱਚੇ ਆਉਂਦੇ ਆ, ਉਹਨਾਂ ਨੂੰ ਸਿਖਾਉਣਾ, ਕੋਈ ਗੀਤ ਰਿਕਾਰਡ ਕਰਾਉਣਾ, ਇਹਦਾ ਉਹਦੇ ਲਈ ਬੜਾ ਔਖਾ ਕਿ ਉਹ ਇਕੱਲੀ ਇਕੱਲੀ ਦੁਕਾਨ 'ਤੇ ਜਾ ਕੇ ਕਹੇ ਕਿ ਭਾਜੀ ਕੈਮਰੇ ਦਿਖਾ ਦਿਉ। ਇਹ ਪ੍ਰਸ਼ਾਸਨ ਦਾ ਕੰਮ ਹੈ, ਪ੍ਰਸ਼ਾਸਨ ਨੂੰ ਮੂਹਰੇ ਹੋ ਕੇ ਇਹਨਾਂ ਦੀ ਹੈਲਪ ਕਰਨੀ ਚਾਹੀਦੀ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹਨਾਂ ਤੋਂ ਕੋਈ ਹੋਰ ਵੱਡਾ ਨੁਕਸਾਨ ਨਾ ਹੋਵੇ। ਉਮੀਦ ਕਰਦੇ ਹਾਂ ਪ੍ਰਸ਼ਾਸਨ ਜਾਗੇਗਾ, ਉਮੀਦ ਕਰਦੇ ਹਾਂ ਇਹਨਾਂ ਦੀ ਜਿਹੜੀ ਸੰਗੀਤਕ ਫੈਮਿਲੀ ਆ, ਪਰਿਵਾਰ ਹੈ, ਉਹ ਵੀ ਇਹਨਾਂ ਦਾ ਸਾਥ ਦੇਵੇਗਾ, ਨਾਲ ਖੜੇਗਾ। ਬਣੇ ਰਹਿਣਾ ਵੀ ਨਵਾਂ ਸ਼ਹਿਰ ਪਿਛੋੜੀ ਦਿਨ ਸ਼੍ਰੀ ਕਾਨ ਪਸੰਦ ਦੱਸ ਦਿਉ ਬੋਲ ਜੀ ਸਤਿ ਸ਼੍ਰੀ ਅਕਾਲ ਦਾ ਪ੍ਰਕਾਸ਼।